ਪੰਜ ਸੌ ਗੁਰੂ ਨਾਨਕ ਜੀ ਦੀ ਬਾਣੀ ਪ੍ਰੋਗਰਾਮ 550 ਸਾਲਾ ਲਹਿਰ ਨੂੰ ਸਮਰਪਿਤ ਹੈ। ਤੀਹ ਤਰੀਕ ਅਰਦਾਸ ਹੋਈ ਹੈ, ਕੋਈ ਢਿੱਲਾ ਪਿਆ ਹੋਵੇ ਉਤਸ਼ਾਹ ਦੇ ਨਾਲ 30 ਤਰੀਕ ਪੰਜਵਾਂ ਅਰਦਾਸ ਸਮਾਗਮ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ। ਜੇ ਢਿੱਲ ਮੱਠ ਹੋਵੇ ਤੇ ਇਹ ਸ਼ਬਦ ਦੁਆਰਾ ਬੈਟਰੀ ਚਾਰਜ ਕਰ ਲਿਓ। ਗਾਵੋ ਇਸ ਬਾਣੀ ਨੂੰ, ਗਾਵੀ ਸੁਣੋ ਪੜੋ ਨਿਤ ਮਹੀ ਆਈ
ਵਡਿਆਈ ਗੁਰੂ ਨਾਨਕ ਜੀ ਕੋਟ
पुन सुन हर की बाणी गाविए सुनिए मन रखिए भाव की मिलेगा दुख पर हर सुख कर ले जाए कोट पुन सुन हर की बाणी कोई गावे को सुने कोई गावे भुल जो दुनिया कप जो बार्डर बंदा चट्टी का एक सुर वधाण लगे हैं बीबीओ किधरे पापी मन तोड़द किधरे इन्ना कल जोगे कि कई प्रचारक तोड़ते वो तो पाठ करन दी की लोड़ दोवां नूं कवर करना पैना तो सब दी छड़ के आ प्यो दी मननी पैनी गुरु ग्रंथ साहिब दी वो कहिंदे करोड़ां पुन तेरी झोली च पै जाणगे कोई बाणी नूं प्यार नाल सौणी लवे सुन हर की बाणी कोट पुन
ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਪੁੰਨ ਗਾਵਤੀ ਉਧਰੇ ਸੁਣਦੇ ਉਧਰੇ ਗਾਵਤੀ ਉਧਰੇ ਸੁਣਦੇ ਉਧਰੇ ਬਿਨ ਸੇ ਪਾਪ ਘਨੇਰੇ ਕੋਟ ਪੁੰਨ ਸੁਣ ਹਰ ਕੀ ਬਾਣੀ ਸੁਣਦੇ ਉਧਰੇ ਇਹ ਉਧਾਰ ਕਰ ਦੇਗੀ ਸੁਣ ਵੱਡ ਭਾਗੀਆਂ ਸੁਣ ਵੱਡ ਭਾਗੀਆਂ ਹਰ ਅੰਮ੍ਰਿਤ ਬਾਣੀ ਰਾਮ ਜਿਨ ਕੋ ਨਦਰ ਕਰਮ ਲਿਖੀ ਤਿਨ ਰਿਤੇ ਸਮਾਣੀ ਰਾਮ ਗੁਰਬਾਣੀ ਗਾਵੇ ਭਾਈ ਉਹ ਸਫਲ ਸਦਾ ਸੁਖਦਾਈ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਪੁੰਨ ਸੁਣ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਹਮਾਰੀ ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨ ਮਨ ਤੇ ਟਾਰੀ ਰੇ ਤਰਸਨ ਹਰਸਨ ਸਰਸਨ ਹਰਸਨ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਖਿੰਨਰਮ ਗੁਰਗਮ ਹਰਦਮ ਨਹਿਜਮ ਖਿੰਨਰਮ ਗੁਰਗਮ ਹਰਦਮ ਨਹਿਜਮ ਹਰ ਕੰਠ ਨਾਨਕ ਔਰ ਹਾਰੀ ਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਹੋਏ ਅੰਮ੍ਰਿਤ ਬਾਣੀ ਸੁਣ ਹਰ ਕੀ ਬਾਣੀ ਕੋਟ ਪੁੰਨ ਸੁਣ ਹਰ ਕੀ ਬਾਣੀ ਸਿੱਧ ਪੀਰ ਸੁਰਣਾ ਸੁਣੇ ਧਰਤ ਕਮਲ ਆਕਾਰ ਸੁਣੇ ਦੀਪ ਲੋ ਪਤਾਲ ਸੁਣੇ ਕੋਈ ਨਾ ਸਕੇ ਕਾਰ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਹੋ ਸੁਣੇ ਈਸ਼ਰ ਬ੍ਰਹਮਾ ਇੰਦ ਸੁਣੇ ਮੁਖ ਸਲਾ ਹਨਮੰਦ ਸੁਣੇ ਜੋਗ ਜੁਗਤ ਤਨ ਪੇ ਸੁਣੇ ਸਾਸਤ ਸਿਮਰਤ ਵੇ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਸੁਣੇ ਸਤਸੰਗ ਤੋਂ ਗਿਆਨ ਸੁਣੇ ਅੜਸੜ ਕਾ ਇਚਨਾ ਸੁਣੇ ਪੜਪੜ ਪਾਵੇ ਮਾਨ ਸੁਣੇ ਲਾਗੇ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਸੁਣੇ ਸਦਾ ਸੁਣਾਕੇ ਗਾ ਸੁਣੇ ਸੇਖ ਪੀਰ ਪਰ ਸੁਣੇ ਅੰਦੇ ਪਾਵੇ ਰਾਮ ਸੁਣੇ ਹਾਥ ਹੋਏ ਸਦਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ
ਕੋਟ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਵਿਦ ਜਾਣੀ ਕੋਟ ਪੁੰਨ ਸੁਣ ਹਰ ਕੀ ਬਾਣੀ ਗਾਵੋ ਸੁਣੋ ਪੜੋ ਸਵਾਦ ਜਿਹੜਾ ਨਾ ਇਸੇ ਜਨਮ ਚ ਸਾਨੂੰ ਮਿਲ ਜਾਵੇ ਤੁਹਾਡੇ ਨੂੰਹ ਪੁੱਤਰ ਗਏ ਨੇ ਹੇਮਕੁੰਡ ਸਾਹਿਬ ਪੋਤਰਾ ਪੋਤਰੀ ਨਾਲ ਗਏ ਹੈ ਇੰਨਾ ਕੁ ਮਨ ਡਰਿਆ ਪਹਾੜੀ ਇਲਾਕਾ ਹੈ ਸਾਰਾ ਸਫ਼ਰ ਠੀਕ ਠਾਕ ਹੋ ਜਾਏ ਇਹਨਾਂ ਦਾ ਸੱਤ ਦਿਨ ਲੱਗ ਜਾਣੇ ਆਉਂਦਿਆਂ ਜਾਂਦਿਆਂ ਸਫ਼ਰ ਠੀਕ ਠਾਕ ਹੋ ਜੇ ਚੜ੍ਹਾਈਆਂ ਵੀ ਨੇ ਪਹਾੜੀ ਇਲਾਕਾ ਲੱਖ ਫਿਕਰ ਕਰ ਲਓ ਕੁਛ ਨਹੀਂ ਹੋਏਗਾ ਉਸ ਫਿਕਰ ਨੂੰ ਭਗਤੀ ਬਣਾ ਦਿਓ ਮਨ 'ਚ ਮਾੜਾ ਜਿਹਾ ਫਿਕਰ ਆਇਆ ਖੋਲੋ ਅਲਮਾਰੀ ਕੱਢੋ ਗੁਟਕਾ ਸਾਹਿਬ ਬਾਬਾ ਜੀ ਸੱਤ ਦਿਨ ਲੱਗਣੇ ਨੂੰ ਪੁੱਤਰ ਨੂੰ ਦੋ ਜਪਜੀ ਸਾਹਿਬ ਮੈਂ ਸੱਤੇ ਦਿਨ ਰੋਜ਼ ਦੇ ਦੋ ਵੱਧ ਕਰਾਂਗੀ ਮੈਂ ਇਹਦਾ ਸਵਾਦ ਨਹੀਂ ਦੱਸ ਸਕਦਾ ਅਰਦਾਸ ਕਰੋ ਮੈਂ ਵੀ ਤੁਸੀਂ ਇਸੇ ਜਨਮ 'ਚ ਇਹਦਾ ਸਵਾਦ ਮਾਣੀਏ ਤੁਸੀਂ ਗੁਟਕਾ ਸਾਹਿਬ ਕੱਢ ਕੇ ਸੁਚਮਤਾ ਨਾਲ ਸ਼ੁਰੂ ਹੀ ਕੀਤਾ ਕਰੋ ਸ਼ੁਰੂ ਇੱਕ ਓਂ ਇੱਕ ਓਂ ਇੱਕ ਓਂ ਸਤ ਕਰਤਾ ਤੁਸੀਂ ਸ਼ੁਰੂ ਕੀਤਾ ਆ ਬੈਠੇ ਆਸਣ ਤੇ ਗੁਰੂ ਦੀ ਧੀ ਗੁਰੂ ਦਾ ਬੱਚਾ ਬਸ ਮਾੜੀ ਚਿੰਤਾ ਆਈ ਨੂੰ ਪੁੱਤਰ ਪੁੱਤਰ ਪੋਤੀ ਸਫ਼ਰ ਠੀਕ ਹੋ ਜੇ ਫਿਕਰ ਨਾਲ ਨਹੀਂ ਕੁਝ ਉਹ ਜਦੋਂ ਸ਼ੁਰੂ ਕੀਤਾ ਨਾ ਕਿਉਂ ਇੱਧਰ ਆਪਣੇ ਆਸਣ ਤੋਂ ਉੱਠਾਂ ਦਾ ਪੈਰਾ ਲਾ ਦਿੰਦੇ ਇਹਦੇ ਵੱਡਿਆਂ ਲੜ ਫੜ ਲਿਆ ਜਾਵੇ ਅਕਾਲ ਇਹਨੂੰ ਮੇਰੇ ਪਿਓ ਨੇ ਉਚਾਰਨ ਕੀਤਾ ਇਹਨੂੰ ਆ ਜਿਹੜਾ ਬੋਲ ਰਹੇ ਹੋ ਗੁਰਪੂਰੇ ਤੂੰ ਰੱਖਿਆ ਗੁਰਪੂਰੇ ਤੂੰ ਗੁਰੂ ਆਸਣ ਤੋਂ ਉੱਠ ਕੇ ਤੇਰੀ ਰਖਵਾਲੀ ਲਈ ਪਹੁੰਚ ਜਾਂਦਾ ਗੁਰਪੂਰੇ ਤੋਂ ਰੱਖਿਆ ਗੁਰਪੂਰੇ ਰੱਖਿਆ ਸੁਣਾ ਪੜੋ ਸੱਚਾ ਹੋਵੇ ਤੇਰਾ ਇੱਧਰ ਇੱਕ ਓਂਕਾਰ ਸ਼ੁਰੂ ਹੁੰਦਾ ਗੁਰੂ ਨੂੰ ਤੇਰੇ ਵਾਸਤੇ ਕਚਹਿਰੀਆਂ 'ਚ ਵੀ ਜਾਣਾ ਪਿਆ ਸੱਚਾ ਹੋਵੇ ਤੇਰਾ ਇੱਧਰ ਇੱਕ ਓਂਕਾਰ ਸ਼ੁਰੂ ਹੁੰਦਾ ਗੁਰੂ ਨੂੰ ਤੇਰੇ ਕਰਕੇ ਹਸਪਤਾਲਾਂ 'ਚ ਵੀ ਜਾਣਾ ਪਿਆ
ਇਹਦਾ ਸਵਾਦ ਇਸੇ ਜਨਮ 'ਚ ਕਈਆਂ ਨੇ ਮਾਣਿਆ ਹੋਏਗਾ। ਅਰਦਾਸ ਕਰਿਓ ਮਾਣੀਏ, ਮੈਨੂੰ ਕਹਿ ਲੈਣ ਦੇਣਾ ਸ਼ੁਰੂ ਹੋਣ ਦੀ ਦੇਰ ਏ, ਕਿਤੇ ਕਿਤੇ ਗੁਰੂ ਨੂੰ ਵਿਸਵਾ ਦੇ ਬੂਹੇ 'ਤੇ ਪਹਿਰਾ ਵੀ ਦੇਣਾ। ਆਖੋ ਸਤਨਾਮ, ਪ੍ਰਭ ਬਾਣੀ ਸ਼ਬਦ ਸੁਭਾਖਿਆ। ਸੁਭਾਖਿਆ ਕਹਿੰਦੇ ਗੁਰੂ ਸਾਹਿਬ ਇਹੋ ਜਿਹਾ ਬਾਣੀ ਸ਼ਬਦ ਦਾ ਖਜ਼ਾਨਾ ਉਚਾਰਨ ਕਰਕੇ ਤੇਰੀ ਝੋਲੀ 'ਚ ਪਾ ਗਏ, ਇਹਨੂੰ ਗਾ, ਇਹਨੂੰ ਸੁਣ, ਇਹਨੂੰ ਪੜ੍ਹ। ਉਹ ਤੇਰੇ ਕਾਰਵਾਈ ਕਰਦੇ ਹੀ ਉਹ ਚਾਹੇਗਾ ਆਪ ਆਸਣ ਤੋਂ ਉੱਠ ਕੇ, ਚਾਹੇਗਾ ਸ਼ਹੀਦ ਸਿੰਘਾਂ ਦੀਆਂ ਡਿਊਟੀਆਂ ਲਾ ਦੇਗਾ, ਬਾਜਿਆਂ ਲਾ ਕਹਿ ਦਿਓ ਗੱਜ ਕੇ ਸਤ ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ। ਬਾਣੀ ਕਹਿ ਰਹੀ ਗੁਰਪੂਰੇ ਤੂੰ ਰੱਖਿਆ, ਗੁਰਪੂਰੇ ਤੂੰ ਰੱਖਿਆ। ਸਤਿਗੁਰ ਦਾ ਸਮਝਾਉਣਾ,
ਸਾਡੇ ਸਤਿਗੁਰ ਦਾ ਸਮਝਾਉਣਾ ਬੇੜਾ ਪਾਣੀ ਨੇ ਬੰਨੇ ਲਾਉਣਾ 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 ਪਾਣੀ ਪੜੇ ਸਤਿਗੁਰ ਦਾ ਸਮਝਾਉਣਾ ਜਿਹਨੇ ਸੱਚਖੰਡ ਵਿੱਚ ਹੈ ਜਾਣਾ ਬੇੜਾ ਬਾਣੀ ਨੇ ਬੰਨੇ ਲਾਉਣਾ ਬੇੜਾ ਬਾਣੀ ਨੇ ਬੰਨੇ ਬਾਣੀ ਪੜਿਆ ਕਰੋ ਇੱਕ ਵਿਸ਼ਾ ਚੱਲ ਰਿਹਾ ਛੋਟੀ ਉਮਰੇ ਪੁੱਗੀਆਂ ਰੂਹਾਂ ਬੋਲੋ ਛੋਟੀ ਉਮਰੇ ਪੁੱਗੀਆਂ ਰੂਹਾਂ ਅੱਜ 59ਵਾਂ ਭਾਗ ਹੈ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ ਚੱਲਦੇ ਕੀਰਤਨ ਚ ਬੋਲ ਰਹੇ ਹਾਂ ਇਹ ਪੰਜਵਾਂ ਅਰਦਾਸ ਸਮਾਗਮ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ 25ਵਾਂ ਭਾਈ ਅਮਨਦੀਪ ਸਿੰਘ ਵੱਲੋਂ ਰਹਿਣ ਸਵਾਈ ਸਮਾਗਮ ਸਾਂਝਾ ਕਰਤਾ ਵੀ ਚਲੋ ਸੰਗਤਾਂ ਅੱਜ ਦੂਜਾ ਦਿਨ ਨੇ ਕੱਲ ਵੀ 2-6 ਬਾਣੀ .net ਤੇ ਸਿਫ ਸਲਾਹ .net ਤੇ ਲਾਈਵ ਆਏਗਾ ਅੱਜ ਵੀ ਆ ਰਿਹਾ ਪਰਸੋਂ ਰਾਤੀ 12-1 ਵਜੇ ਤੱਕ ਚੱਲੇਗਾ ਸਾਰਿਆਂ ਨੇ ਫੋਨ ਜਿਹੜੇ TV ਤੇ ਆ ਰਹੇ ਹੈ ਸਹਿਜ ਪਾਠ ਜਪਜੀਤ ਸਾਹਿਬ ਜੀ ਦੇ ਪਾਠ ਗੁਰਮੰਤਰ ਜਾਪ ਦੀ ਮੈਂ ਦੱਸ ਨਹੀਂ ਸਕਦਾ ਇਹੋ ਜਿਹੇ ਫੋਨ ਆਉਂਦੇ ਨੇ ਵੀ ਜਦੋਂ ਦੀ ਇਹ ਲਹਿਰ ਵਿੱਚ ਅਸੀਂ ਗੁਰਮੰਤਰ ਜਾਪ ਜਪਜੀਤ ਸਾਹਿਬ ਸ਼ੁਰੂ ਕੀਤਾ ਅਤੇ ਆਪਣੀ ਅਰਦਾਸ ਭੇਜਦੇ ਹਾਂ ਐਡੇ ਐਡੇ ਵੱਡੇ ਤੀਬਰ ਕਰਮ ਤੀਬਰ ਕਰਮ ਕਿ ਕੋਈ ਬੱਚੀ 36 ਸਾਲ ਦੀ ਹੋ ਗਈ ਹੈ ਰਿਸ਼ਤੇ ਨਹੀਂ ਲੱਭ ਰਹੇ ਇਹੋ ਜਿਹੇ ਕਾਰਜ ਵੀ ਗੁਰਬਾਣੀ ਨੇ ਘਰਾਂ ਦੇ ਵਿੱਚ ਸਾਧ ਸੰਗਤ ਜੀ ਰੌਣਕਾਂ ਲੈ ਆਉਂਦੀਆਂ
ਸਪਨੇ ਲਾਭ ਦੇ ਜਾਂਦੀ ਤੇ ਸਾਰਿਆਂ ਨੇ ਹੁਣ ਪਰਸੋਂ 30 ਤਰੀਕ ਨੂੰ ਆਪੋ ਆਪਣੇ ਜੋ ਹਾਜ਼ਰੀਆਂ ਲੱਗੀਆਂ ਉਹ ਅਰਦਾਸ ਹੋਏਗੀ ਰਾਤੀ ਸਤਿਗੁਰ ਦੇ ਚਰਨਾਂ 'ਚ ਛੇਵੇਂ ਅਰਦਾਸ ਸਮਾਗਮ ਦੀ ਫਿਰ ਤਰੀਕ ਅਨਾਊਂਸ ਹੋਏਗੀ ਅਤੇ ਅੱਜ ਇਹ 4 ਦਿਨ ਦਾ ਸਾਂਝਾ ਪ੍ਰੋਗਰਾਮ ਹੈ ਅੱਜ 10-12 ਮਿੰਟ ਵਿਆਜ ਦੇ ਕੇ ਜਾਣਾ ਆਖੋ ਸਾਧਨਾ ਅੱਜ ਕਾਹਲੀ ਨਾ ਕਰੇ ਅਤੇ 59ਵਾਂ ਭਾਗ ਛੋਟੀ ਉਮਰੇ ਪੁੱਗੀਆਂ ਰੂਹਾਂ ਇਹਦੇ ਵਿੱਚ ਵੀ ਕੁਦਰਤੀ ਗੁਰੂ ਗੋਬਿੰਦ ਸਿੰਘ ਨੇ ਉਹ ਬੱਚੀ ਦੇ ਉੱਤੇ ਜਿਹੜੀ ਨਜ਼ਰ ਪਹਿਲੀ ਕੀਤੀ ਹੈ ਅਤੇ ਉਹ ਅੰਮ੍ਰਿਤ ਵੇਲੇ ਦੀ ਅਤੇ ਬਾਣੀ ਦੀ ਸਾਰਾ ਪ੍ਰੋਗਰਾਮ ਵੀ ਰਿਲੇਟਡ ਇਹਦੇ ਨਾਲ ਹੀ ਹੈ ਅਤੇ ਸੇਵਾ ਲਇਓ ਜੀ ਆਓ ਪਹਿਲੇ ਸ਼ਬਦ ਪੂਰਾ ਕਰ ਲਓ ਜਿਹੜਾ ਆਧਾਰ ਬਣਾਇਆ ਉਹਦੀ ਹਾਜ਼ਰੀ ਲਾ ਲਓ ਛੋਟੀ ਉਮਰੇ ਪੁੱਗੀਆਂ ਰੂਹਾਂ 59ਵਾਂ ਭਾਗ ਰਾਮ ਜਪੋ ਰਾਮ ਜਪੋ ਜੀ ਐਸੇ ਰਾਮ ਜਪੋ ਰਾਮ ਜਪੋ ਰਾਮ ਜਪੋ ਜੀ ਪ੍ਰਹਿਲਾਦ ਜਪਿਓ ਹਰ ਜੈਸੇ ਗੁਰੂ ਪ੍ਰਹਿਲਾਦ ਜਪਿਓ ਹਰ ਜੈਸੇ ਰਾਮ ਜਪੋ ਰਾਮ ਜਪੋ ਜੀ ਜੀ ਐਸੇ ਐਸੇ ਰਾਮ ਜਪੋ
जपो राम जपो ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਭਿੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਛੋਟੀ ਉਮਰੇ ਪੁੱਗੀਆਂ ਰੂਹਾਂ ਉਨਾਠਵਾਂ ਭਾਗ ਕੋਈ ਸੰਗਤ ਨਵੀਂ ਆਈ ਹੁੰਦੀ ਹੈ ਇੱਕ ਮਿੰਟ ਪਿੱਛੋਂ ਚੱਲ ਰਹੇ ਹਾਂ ਹੁਸ਼ਿਆਰਪੁਰ ਦਾ ਭਾਈ ਦੇਊ ਸਿੰਘ ਉਹਦੀ ਪਤਨੀ 10 ਸਾਲ ਦੀ ਬੱਚੀ ਕੁਲਵੰਤ ਕੌਰ ਮਾਂ ਨੇ ਕਮਾਲ ਦੀ ਦਾਤ ਮੰਗੀ ਕਮਾਲ ਦੀ ਗੁਰੂ ਗੋਬਿੰਦ ਸਿੰਘ ਆ ਝੋਲੀ ਭਰ ਦਿਓ ਇਸ ਬੱਚੀ ਦੇ ਜੀਵਨ ਵਿੱਚੋਂ ਸਿੱਖ ਦੀ ਧੀ ਵਰਗਾ ਜੀਵਨ ਨਜ਼ਰ ਆਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਮਹਾਰਾਜ ਤੁੱਟ ਪਏ ਬੱਚੀ ਨੂੰ ਕੋਲ ਬੁਲਾ ਕੇ ਇਹ ਆਖਿਆ ਕੋਈ ਵੀ ਕਰਮ ਕੋਈ ਵੀ ਕਦਮ ਕੋਈ ਵੀ ਫੁਰਨਾ ਕੋਈ ਵੀ ਕੰਮ ਕਰਨ ਤੋਂ ਪਹਿਲੇ ਸੋਚ ਲੈਣਾ ਗੁਰੂ ਆਸ਼ੇ ਤੋਂ ਉਲਟ ਨਾ ਹੋਵੇ ਥੋੜੀ ਆਵਾਜ਼ ਹੌਲੀ ਕਰ ਨਾਲ ਵੱਡੀ ਕਿਰਪਾ ਕੀ ਕਰਤੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਤੇ ਹੱਥ ਰੱਖ ਕੇ ਉਪਦੇਸ਼ ਕਮਾਉਣ ਦੀ ਦਾਤ ਝੋਲੀ ਜਿਹਾ ਅਗਲੇ ਦਿਨ ਹੁਸ਼ਿਆਰਪੁਰ ਪਹੁੰਚ ਕੇ ਜਿਹੜੀ ਪਹਿਲਾ ਗੁਣ ਆ ਗਿਆ ਉਹਦੇ 'ਚ ਇਹ ਲਫ਼ਜ਼ ਨਾ ਭੁੱਲੋ ਤੜਕੇ ਅੰਮ੍ਰਿਤ ਵੇਲੇ ਉੱਠਣਾ ਅਤੇ ਅੰਮ੍ਰਿਤ ਬਾਣੀ ਦਾ ਪਾਠ ਕਰਨਾ ਅਤੇ ਸਾਰਾ ਦਿਨ ਕੋਈ ਨਾ ਕੋਈ ਸ਼ਬਦ ਜਾਂ ਵਾਹਿਗੁਰੂ ਜਾਪ ਮੁੱਖ ਵਿੱਚ ਚੱਲਦੇ ਰਹਿਣਾ ਇਹ ਗੁਰੂ ਗੋਬਿੰਦ ਸਿੰਘ ਦੀ ਨਦਰ ਹੋ ਗਈ ਆਖੋ ਸਤਨਾਮ ਕੁਦਰਤੀ ਪ੍ਰੋਗਰਾਮ ਵੀ ਰਿਲੇਟਡ ਹੈ 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਇਹ 7ਵੀਂ ਲਹਿਰ ਹੁਣ 30 ਤਰੀਕ ਅਰਦਾਸ ਹੈ ਪਰਸੋਂ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰੇ ਬਾਣੀ ਪੜ੍ਹੇ ਤੁਸੀਂ ਪਿਛਲੀ ਵਾਰੀ ਗੁਰੂ ਅਮਰਦਾਸ ਜੀ ਦਾ ਜ਼ਿਕਰ ਸੁਣਿਆ ਕੋਈ ਦੁਨੀਆਦਾਰੀ 'ਚ ਫਸਿਆ ਵੀ ਹੋਵੇ ਤੇ 4 ਘੜੀਆਂ ਅੰਮ੍ਰਿਤ ਵੇਲੇ ਦੀਆਂ 24 ਮਿੰਟ ਦੀ ਇੱਕ ਘੜੀ ਹੈ 96 ਮਿੰਟ ਇਸ ਬਾਣੀ ਪਾਠ ਨੂੰ ਚਿੱਤ ਲਾ ਕੇ ਗੁਰੂ ਨੂੰ ਦੇ ਦੇਵੇ ਗੁਰੂ ਅਮਰਦਾਸ ਜੀ ਕਹਿੰਦੇ ਕਲਿਆਣ ਉਹਦੀ ਵੀ ਹੋ ਜਾਏ ਕਹਿ ਦਿਓ ਗੱਜ ਕੇ ਸਤਨਾਮ ਸ੍ਰੀ ਵਾਹਿ ਰੁਕ ਨਹੀਂ ਇੱਥੇ ਜਾਣਾ ਵਧਾਉਣਾ ਕੁਝ ਰੱਬ ਦੇ ਪਿਆਰਿਆਂ ਦੇ ਬਚਨ ਨੇ ਕਿਉਂਕਿ ਕਈ ਕਹਿੰਦੇ ਆ ਬਹੁਤੇ ਪਾਠ ਕਰਨ ਦੀ ਕੀ ਲੋੜ ਤੇ ਰੱਬ ਦੇ ਪਿਆਰਿਆਂ ਦੇ ਬਚਨ ਜੇ ਪੱਥਰ ਪਾਣੀ 'ਚ ਪਿਆ ਹੋਵੇ ਤੇ 2 ਚੀਜ਼ਾਂ ਤੋਂ ਬਚ ਜਾਂਦਾ ਹੈ ਪੱਥਰ ਹੀ ਇਹ ਮਨ ਪੱਥਰ ਕਈ ਕਹਿੰਦੇ ਪਾਠ ਕਰਨ ਦਾ ਕੀ ਫਾਇਦਾ
ਮਹਾਂਪੁਰਸ਼ਾਂ ਦਾ ਬਚਨ ਹੈ, ਪੱਥਰ ਪਾਣੀ 'ਚ ਪਿਆ ਹੋਵੇ ਦੋ ਚੀਜ਼ਾਂ ਤੋਂ ਬਚ ਜਾਂਦਾ, ਇੱਕ ਮਿੱਟੀ ਘੱਟੇ ਤੋਂ ਬਚ ਜਾਂਦਾ, ਇੱਕ ਠੋਕਰ ਲੱਗਣ ਤੋਂ ਬਚ ਜਾਂਦਾ। ਪਾਣੀ 'ਚ ਪਿਆ ਹੋਵੇ ਨਾ ਮਿੱਟੀ ਘੱਟੇ ਤੋਂ ਬਚ ਜਾਂਦਾ ਪੱਥਰ, ਇੱਕ ਠੋਕਰ ਲੱਗਣ ਤੋਂ ਬਚ ਜਾਂਦਾ। ਤੇ ਮਹਾਂਪੁਰਸ਼ ਕਹਿੰਦੇ ਸੀ, ਕਈ ਕਹਿੰਦੇ ਪਾਠ ਕਰਨ ਦਾ ਕੀ ਫਾਇਦਾ, ਪਾਠ ਕਰਨ ਵਾਲਾ ਬੰਦਾ ਗੰਦੀ ਸੋਚ ਤੋਂ ਬਚ ਜਾਂਦਾ, ਜਿੰਨਾ ਚਿਰ ਪਾਠ ਕਰਦਾ ਗੰਦੀ ਸੋਚ ਤੋਂ ਬਚ ਜਾਂਦਾ, ਜਿੰਨਾ ਚਿਰ ਪਾਠ ਕਰਦਾ ਗੁਰੂ ਗੋਬਿੰਦ ਸਿੰਘ ਦੇ ਕੋਲ ਬੈਠਾ ਰਹਿੰਦਾ। ਹੁਣ ਕਈ ਆਹ ਬੜਾ ਕਹਿੰਦੇ ਵੀ ਬਾਣੀ ਦੇ ਅਰਥ ਨਹੀਂ ਪਤਾ ਲੱਗੇ, ਫਾਇਦਾ ਕੀ ਵੀ ਬਾਣੀ ਦੇ ਅਰਥ ਨਹੀਂ ਪਤਾ ਲੱਗੇ, ਇਹਦਾ ਲਾਭ ਕੀ। ਇੱਕ ਮੈਂ ਫਿਰ ਰੰਗੀ ਹੋਈ ਰੂਹ ਨੂੰ ਪੁੱਛਿਆ, ਮੈਂ ਕਿਹਾ ਜੀ ਕੋਈ ਇਹ ਕਹਿ ਦੇਵੇ ਇਹਦਾ ਕੀ ਜਵਾਬ ਦਈਏ। ਉਹਨਾਂ ਗੱਲ ਮੈਨੂੰ ਬੜੀ ਵਧੀਆ ਕਹੀ, ਮੈਂ ਤੁਹਾਡੇ ਅੱਗੇ ਖੋਲਦਾ। ਉਹ ਕਹਿੰਦੇ ਬੁਖਾਰ ਹੋਵੇ ਨਾ, ਬੰਦੇ ਨੂੰ ਬੁਖਾਰ ਹੋਵੇ ਤੇ ਡਾਕਟਰ ਪੈਰਾਸੀਟਾਮੋਲ ਦਿੰਦਾ ਜਾਂ ਕੋਈ ਦਵਾਈ ਦਿੰਦਾ, ਤੇ ਅਸੀਂ ਡਾਕਟਰ ਨੂੰ ਇਹ ਤਾਂ ਨਹੀਂ ਪੁੱਛਦੇ ਵੀ ਪੈਰਾਸੀਟਾਮੋਲ ਦੇ ਇਹਦਾ ਅਰਥ ਕੀ ਹੈ, ਇਹਦਾ ਅਰਥ ਕੀ ਹੈ। ਇੱਕ ਵਿਸ਼ਵਾਸ ਤੇ ਬਸ ਖਾ ਲੈਂਦੇ, ਇਹ ਨਹੀਂ ਪੁੱਛਦੇ ਵੀ ਇਹਦੇ ਸਪੈਲਿੰਗ, ਇਹਦੇ ਅਰਥ। ਜਦੋਂ ਖਾ ਲੈਂਦੇ ਹਾਂ ਸਾਡਾ ਬੁਖਾਰ ਰਾਜੀ ਹੋ ਜਾਂਦਾ। ਕਹਿੰਦੇ ਕੋਸ਼ਿਸ਼ ਕਰ ਅਰਥ ਪਤਾ ਲੱਗਣ, ਬਾਈ ਚਾਂਸ ਨਹੀਂ ਵੀ ਲੱਗੇ ਸ਼ਰਧਾ ਭਾਵਨਾ ਨਾਲ ਪਾਠ ਕਰ ਲਏਗਾ ਸਾਡੇ ਮਨ ਦੀ ਬਿਮਾਰੀ ਤਾਂ ਵੀ ਰਾਜੀ ਹੋ ਜਾਂਦੀ। ਕਹਿ ਦਿਓ ਗੱਜ ਕੇ ਸਤਿ ਸ੍ਰੀ ਵਾਹਿਗੁਰੂ। ਇਹ ਸੱਚੀ ਬਾਣੀ ਸਦਾ ਗਾਵੋ ਸਦਾ ਗਾਵੋ, ਇਹ ਸੱਚੀ ਬਾਣੀ ਸਦਾ ਗਾਵੋ ਸਦਾ ਗਾਵੋ, ਭੈਣੋ ਇਹ ਸੱਚੀ ਬਾਣੀ ਸਦਾ ਗਾਵੋ ਸਦਾ ਗਾਵੋ, ਹੋਰ ਮੈਨੂੰ ਮਿਸਾਲ ਦਿੱਤੀ। ਹੁਣ ਤੁਸੀਂ ਖਾਣਾ ਖਾਂਦੇ ਹੋ, ਰੋਟੀ ਖਾਂਦੇ ਹੋ, ਹੋਰ ਜੂਸ ਪੀਂਦੇ ਹੋ, ਜ਼ਬਾਨ ਵਿੱਚ ਮੁੱਖ ਵਿੱਚ ਪਾਉਣ ਤੱਕ ਸੀਮਤ ਆ, ਅੰਦਰ ਜਾ ਕੇ ਉਹਨੇ ਆਪਣੇ ਆਪ ਕੰਮ ਕਰਨੇ ਸਨ। ਪ੍ਰਸ਼ਾਦਾ ਛਗਿਆ, ਹੁਣ ਅੰਦਰ ਉਹਦਾ ਬਲੱਡ ਕਿਵੇਂ ਬਣਾਉਣਾ ਹੈ, ਇਹ ਖਾਣੇ ਦਾ ਕੰਮ ਹੈ। ਉਹਦਾ ਵਿਟਾਮਿਨ ਕਿਵੇਂ ਬਣਾਉਣਾ ਹੈ, ਖਾਣੇ ਦਾ ਕੰਮ ਹੈ। ਕਿਹੜੇ ਕਿਹੜੇ ਸੈੱਲ ਬਣਾਉਣੇ ਨੇ, ਇਹ ਖਾਣੇ ਦਾ ਕੰਮ ਹੈ। ਕਹਿੰਦੇ ਇਸ ਬਾਣੀ ਦਾ ਪੱਲਾ ਨਾ ਛੱਡ, ਤੇਰਾ ਫਰਜ਼ ਏ ਬਾਣੀ ਪੜ੍ਹਨੀ, ਅੰਦਰ ਜਾ ਕੇ ਅੰਦਰ ਕਿਵੇਂ ਤੇਰੀ ਅਵਸਥਾ ਨੂੰ ਵਧਾਉਣਾ, ਕਿੱਥੇ ਕਿੱਥੇ ਉਹਨੇ ਤੈਨੂੰ ਖੜਨਾ, ਇਹ ਗੁਰਬਾਣੀ ਦਾ ਕੰਮ ਹੈ। ਇਹ ਸੱਚੀ ਬਾਣੀ ਸਦਾ ਗਾਵੋ ਸਦਾ ਗਾਵੋ, ਰਹਿ ਸਾਹਿਬ ਦਾ ਬਚਨ। ਮੈਂ ਕਹਿੰਦਾ ਇਹ ਬਚਨ ਸੁਣ ਕੇ ਨਾ ਮਨ ਵਿਕ ਜਾਂਦਾ। ਕੋਈ ਸੰਗਤਾਂ ਆਈਆਂ ਸੀ ਤੇ ਉਹਨਾਂ ਨੂੰ ਫਿਰ ਮਹਾਰਾਜ ਨੇ ਇਹ ਬਚਨ, ਉਹਨਾਂ ਵੀ ਸ਼ੰਕਾ ਕੀਤਾ ਸੀ ਜੀ ਬਾਣੀ ਪੜ੍ਹਿਆ ਕਰੀਏ, ਤਿੰਨ ਤਿੰਨ ਚਾਰ ਚਾਰ ਘੰਟੇ ਨੇਮ ਕਰਿਆ ਕਰੀਏ,
ਗੁਰੂ ਹਰਿ ਸਾਹਿਬ ਨੇ ਇੱਕ ਗੱਲ ਕਹੀ ਜੀ ਬੜੀ ਵੱਡੀ, ਪਾਣੀ ਭਵ ਸਾਗਰ ਨੂੰ ਤਾਰਨ ਲਈ ਜਹਾਜ਼, ਸੁਣਿਓ, ਗੁਰਬਾਣੀ ਭਵ ਸਾਗਰ ਤੋਂ ਤਾਰਨ ਲਈ ਜਹਾਜ਼, ਜਦੋਂ ਕੋਈ ਬਿਪਤਾ ਬਣੇ, ਇਹ ਗੁਰੂ ਹਰਿ ਸਾਹਿਬ ਦੇ ਵਚਨ, ਜਦੋਂ ਕੋਈ ਬਿਪਤਾ ਬਣੇ, ਸ਼ਰਧਾ ਤੇ ਪ੍ਰੇਮ ਨਾਲ ਪਾਠ ਕਰਨਾ ਸ਼ੁਰੂ ਕਰ ਦਿਓ, ਸ਼ਰਧਾ ਤੇ ਪ੍ਰੇਮ ਨਾਲ ਪਾਠ ਦਾ ਨੇਮ ਵਧਾ ਦਿਓ, ਬਾਣੀ ਸਹਾਰਾ ਬਣ ਕੇ ਤੁਹਾਡੀ ਬਿਪਤਾ ਦੇ ਵਿੱਚ ਖਲੋ ਜਾਏਗੀ। ਕਿਉਂ ਦਾ ਦੁਬਾਰਾ ਸੁਣਿਓ, ਬਾਣੀ ਭਵ ਸਾਗਰ ਨੂੰ ਤਾਰਨ ਲਈ ਜਹਾਜ਼ ਹੈ, ਗੁਰੂ ਹਰਿ ਸਾਹਿਬ ਦਾ ਵਚਨ, ਜਦੋਂ ਕੋਈ ਬਿਪਤਾ ਬਣੇ, ਰੋਜ਼ ਦਾ ਆਨੰਦ ਕਰਨਾ ਹੀ, ਪਰ ਮਾੜੀ ਜੀ ਕੋਈ ਟੈਨਸ਼ਨ ਪਈ ਹੈ ਨਾ, ਹੱਥ ਗੁੱਟ ਕੇ ਸਾਹਿਬ ਵੱਲ ਜਾਣ, ਜਦੋਂ ਕੋਈ ਬਿਪਤਾ ਬਣੇ, ਪ੍ਰੇਮ ਨਾਲ ਪਾਠ ਕਰਨ ਦਾ ਨੇਮ ਵਧਾ ਦਿਓ, ਜਿੱਥੇ ਤੇਰੀ ਮੁਸ਼ਕਲ ਹੈ ਬਾਣੀ ਸਹਾਰਾ ਬਣ ਕੇ ਪਹੁੰਚ ਜਾਏਗੀ। ਆਖੋ ਸਤਨਾਮ। ਹੁਣ ਕਈ ਕਹਿ ਸਕਦੇ ਆ, ਕਈ ਕਹਿ ਸਕਦੇ ਆ ਵੀ ਗੁਰੂ ਹਰਿ ਸਾਹਿਬ ਦਾ ਇੱਕ ਕਿੱਥੇ ਲਿਖਿਆ ਬਚਨ, ਕਿੱਥੇ ਕੀਤਾ, ਜਰਾ ਸੁਣਿਓ, ਪੰਜ ਸੱਤ ਮਿੰਟ ਦਾ ਟਿਕਾਓ ਦੇਣਾ। ਇੱਕ ਬੀਬੀ ਰੂਪ ਕੌਰ ਹੋਏ ਨੇ, ਬਲਿਹਾਰ ਜਾਵਾਂ ਇਸ ਬੀਬੀ ਤੋਂ, ਇਹ ਬੀਬੀ ਰੂਪ ਕੌਰ ਹੋਏ ਨੇ ਜਿਹਨਾਂ ਨੂੰ ਗੁਰੂ ਹਰਿ ਸਾਹਿਬ ਨੇ ਆਪ ਪਾਲਿਆ। ਆਖੋ ਸਤਨਾਮ। ਮੈਨੂੰ ਬੜੀ ਗੱਲ ਵਧੀ, ਇਹ ਬੀਬੀ ਕੀ ਕਰਦੀ ਸੀ, ਜਦੋਂ ਕੋਈ ਸੰਗਤ ਆਉਂਦੀ ਸੀ ਤੇ ਗੁਰੂ ਹਰਿ ਸਾਹਿਬ ਜੀ ਨੂੰ ਸਵਾਲ ਕਰਦੀ ਸੀ, ਇਹ ਬੀਬੀ ਸਵਾਲ ਵੀ ਲਿਖੀ ਜਾਂਦੀ ਸੀ ਤੇ ਜਿਹੜੇ ਗੁਰੂ ਹਰਿ ਸਾਹਿਬ ਨੇ ਜਵਾਬ ਦਿੱਤੇ ਹੁੰਦੇ ਉਹ ਵੀ ਲਿਖੀ ਜਾਂਦੀ ਸੀ। ਆਖੋ ਸਤਨਾਮ। ਰੂਪ ਕੌਰ, ਰੂਪ ਕੌਰ ਨਾਂ ਹੈ, ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਲਿਖਿਆ, ਇਸ ਬੀਬੀ ਦੇ ਹੱਥਾਂ ਦਾ ਰੁਮਾਲ, ਉਹਦਾ ਸਹਿਜ ਲਿਖਿਆ ਜੀ 12 ਗਿਰਾ, 12 ਇੰਚ ਹੋਣੇ ਗਿਰਾ ਜਾਂ ਕੋਈ ਉਹਨਾਂ ਦੀ ਬੋਲੀ ਹੋ ਜਾਂਦੀ, ਇਸ ਬੀਬੀ ਦੇ ਹੱਥਾਂ ਦਾ ਰੁਮਾਲ 12 ਗਿਰਾ, ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ, ਕੀਰਤਪੁਰ ਸਾਹਿਬ ਮੌਜੂਦ ਹੈ। ਦੂਜਾ ਲਿਖਿਆ, ਇਸ ਬੀਬੀ ਦੀ ਇੱਕ ਲਿਖੀ ਹੋਈ ਪੋਥੀ ਜਿਹਦੇ 559 ਪੱਤਰੇ ਨੇ ਉਹ ਵੀ ਮੌਜੂਦ ਹੈ, ਇਹ ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ। ਉਹਨਾਂ ਨੇ ਲਿਖਿਆ ਵੀ 492 ਪੇਜ ਤੋਂ, ਉਸ ਪੋਥੀ ਦੇ 492 ਪੇਜ ਤੋਂ 559 ਪੇਜ ਤੱਕ ਸਾਰਾ ਆਹ ਕੁਝ ਲਿਖਿਆ, ਵੀ ਸੰਗਤ ਆਈ, ਉਹਨਾਂ ਨੇ ਕੀ ਸਵਾਲ ਕੀਤਾ ਤੇ ਗੁਰੂ ਹਰਿ ਸਾਹਿਬ ਨੇ ਕੀ ਜਵਾਬ ਦਿੱਤਾ। ਮੈਂ ਕਹਿੰਦਾ ਇਸ ਤੋਂ ਵੱਡਾ ਖਜ਼ਾਨਾ ਹੀ ਕੋਈ ਨਹੀਂ। ਗੱਜ ਕੇ ਆਖੋ ਸਤਨਾਮ। ਜਿਹੜਾ ਉਹ ਬੀਬੀ ਨੇ ਸੇਵਾ ਨਿਭਾਈ ਸਾਡੇ ਵਾਸਤੇ ਬੜੀ ਵੱਡੀ ਚੀਜ਼ ਹੈ, ਵੀ ਸਤਿਗੁਰ ਕੋਲੋਂ ਇੰਝ ਸੰਗਤ ਆਉਂਦੀ ਸੀ, ਇੰਝ ਜਵਾਬ ਦਿੰਦੇ ਸੀ, ਜੁਗੋ ਜੁਗੋ ਟਲ, ਸਭ ਤੋਂ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ। ਬਾਅਦ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਬਚਨ ਜੇ ਕਿਸੇ ਨੇ ਸੰਭਾਲੇ, ਕਹਿ ਦਿਓ ਗੱਜ ਕੇ ਸਤ। ਇਹ ਉਹਨਾਂ ਨੇ ਲਿਖਿਆ ਪ੍ਰਿੰਸੀਪਲ ਸਤਵੀਰ ਸਿੰਘ ਨੇ ਜੀ, 492 ਪੇਜ ਤੋਂ 559 ਪੇਜ ਤੱਕ ਉਹ ਪੋਥੀ ਨੇ
ਰੂਪ ਕੌਰ ਨੇ ਗੁਰੂ ਹਰਿ ਸਾਹਿਬ ਦੇ ਤੇ ਸੰਗਤਾਂ ਦੇ ਬਚਨ ਸੰਭਾਲੇ ਆ। ਜਿਹੜੇ ਮਹਾਨ ਕੋਸ਼ ਹੈ ਉਹਦੇ ਚ ਵੀ ਲਿਖਿਆ ਵੀ ਇਹ ਪਾਲਕ ਪੁੱਤਰੀ ਸੀ, ਗੁਰੂ ਹਰਿ ਸਾਹਿਬ ਦੀ ਪਾਲਕ ਪੁੱਤਰੀ। ਇਹਦਾ ਵਿਆਹ ਹੋਇਆ ਸੀ ਭਾਈ ਖੇਮ ਕਰਨ ਨਾਲ, ਪਸਰੂਰ ਦੀ ਨਿਵਾਸੀ ਸੀ ਤੇ ਇਹਦੀ ਵੰਸ਼ ਸੋਢੀ ਕਹਿਲਾਉਂਦੀ ਸੀ। ਮਹਾਨ ਕੋਸ਼ ਤੇ ਮੇਰਾ ਬਹੁਤ ਦਿਲ ਕਰਦਾ ਜੀ, ਅੱਜ ਇੱਕ ਨਿੱਕੀ ਜਿਹੀ ਵਾਰਤਾ, ਬੜਾ ਹੀ ਆਨੰਦ ਆਉਂਦਾ ਇਹਦਾ। ਅਸਲੀ ਅਸਲੀ ਸਾਡੇ ਵਾਸਤੇ ਖਜ਼ਾਨਾ ਕਿ ਚਾਰ ਪੰਜ ਸਿੱਖ, ਦੋ ਤਿੰਨ ਬੀਬੀਆਂ, ਇੰਜ ਸੱਤ ਅੱਠ ਆਈਆਂ, ਗੁਰੂ ਹਰਿ ਸਾਹਿਬ ਅੱਗੇ ਦਸਵੰਧ ਰੱਖਿਆ, ਪ੍ਰਸ਼ਾਦ ਰੱਖਿਆ, ਮੱਥਾ ਟੇਕਿਆ। ਇਹ ਬੀਬੀ ਰੂਪ ਕੌਰ ਨੇ ਲਿਖਿਆ, ਜਿਹੜੇ ਕਈ ਕਹਿੰਦੇ ਨਾ ਵੀ ਗੁਰੂ ਹਰਿ ਸਾਹਿਬ ਦਾ ਬਚਨ ਕਿੱਥੇ ਲਿਖਿਆ, ਤਾਂ ਮੈਂ ਮਿਹਰਬਾਨ ਉਹਨਾਂ ਸੱਤਾਂ ਅੱਠਾਂ ਨੇ ਗੁਰੂ ਹਰਿ ਸਾਹਿਬ ਜੀ ਨੂੰ ਇੰਜ ਹੱਥ ਜੋੜ ਕੇ ਕਿਹਾ, ਸਾਧ ਸੰਗਤ ਕਰਨ ਦੀ ਕੀ ਮਹਿਮ ਹੈ। ਆ ਵੇਖਿਓ ਜਿਹੜਾ ਅੱਜ ਬੈਠੇ ਹੋ, ਮਹਾਰਾਜ ਸਾਧ ਸੰਗਤ ਦੀ ਮਹਿਮਾ ਦਾ ਦੱਸੋ। ਇਹ ਬੀਬੀ ਰੂਪ ਕੌਰ ਬੋਲਣ ਵਾਲੇ ਦਾ ਵੀ ਨੋਟ ਕਰੀ ਜਾਂਦੀ ਸੀ, ਪਿਤਾ ਜੀ ਦਾ ਜਵਾਬ ਵੀ ਨੋਟ ਕਰੀ ਜਾਂਦੀ ਵੀ ਸਾਧ ਸੰਗਤ ਦੀ ਮਹਿਮਾ ਦੱਸੋ। ਇਹ ਚਾਰ ਪੰਜ ਮਿੰਟ ਕੋਈ ਨਾ ਉੱਠੇ, ਉਹ ਨਜ਼ਾਰਾ ਵੀ ਗੁਰੂ ਹਰਿ ਸਾਹਿਬ ਨੇ ਕੀ ਜਵਾਬ ਦਿੱਤਾ। ਐਸਾ ਗੁਰਵਟ ਪਾਗੀ ਪਾਇਆ, ਐਸਾ ਗੁਰਵਟ ਪਾਗੀ ਪਾਇਆ। ਸੱਤ ਅੱਠ ਸਰੀਰ ਪੁੱਛਿਆ ਗੁਰੂ ਹਰਿ ਸਾਹਿਬ, ਸਾਧ ਸੰਗਤ ਦੀ ਮਹਿਮਾ ਦੱਸੋ। ਬੀਬੀ ਰੂਪ ਕੌਰ ਲਿਖਦੀ ਉਸ ਤਰ੍ਹਾਂ ਕੌਰ ਤੇ ਸਿੰਘ ਗੁਰੂ ਗੋਬਿੰਦ ਸਿੰਘ ਜੀ ਤੋਂ, ਪਰ ਉਸ ਵੇਲੇ ਕਈਆਂ ਦੇ ਨਾਂ ਨਾਲ ਹੋਰ ਵੀ ਕੌਰ ਮਿਲਦਾ। ਮੈਂ ਕਹਿੰਦਾ ਜਿੰਨਾ ਤਕੜਾ ਜਕਾਰਾ ਛੱਡ ਸਕੋਗੇ ਨਾ ਛੱਡਿਓ, ਜਵਾਬ ਸੁਣ ਕੇ। ਅਜੇ ਨਹੀਂ, ਸੁਣ ਲਓ ਜਰਾ। ਮਹਾਰਾਜ ਸਾਧ ਸੰਗਤ ਦੀ ਮਹਿਮਾ ਦੱਸੋ। ਮੇਰੇ ਕੰਨਾਂ ਨੂੰ ਹੱਥ ਲੱਗ ਗਿਆ। ਮਹਾਰਾਜ ਨੇ ਪਤਾ ਕੀ ਕਿਹਾ ਗੁਰੂ ਹਰਿ ਸਾਹਿਬ ਨੇ, ਓਏ ਭੋਲਿਓ, ਸੰਗਤ ਦੀ ਮਹਿਮਾ, ਸੰਗਤ ਦੀ। ਗੁਰੂ ਹਰਿ ਸਾਹਿਬ ਨੇ ਜਵਾਬ ਦਿੱਤਾ, ਪਰਮੇਸ਼ਰ ਦੇ ਤਿੰਨ ਰੂਪ ਨੇ, ਸੁਣਿਓ, ਪਰਮੇਸ਼ਰ ਦੇ ਤਿੰਨ ਰੂਪ ਨੇ। ਇੱਕ ਰੂਪ ਹੈ ਪਾਰਬ੍ਰਹਮ, ਇੱਕ ਰੂਪ ਹੈ ਪਾਰਬ੍ਰਹਮ। ਇਹ ਗੁਰੂ ਹਰਿ ਸਾਹਿਬ ਤੋਂ ਬੀਬੀ ਰੂਪ ਕੌਰ ਲਿਖਦੀ ਪਈ। ਪਰਮੇਸ਼ਰ ਦੇ ਤਿੰਨ ਰੂਪ ਨੇ, ਇੱਕ ਰੂਪ ਹੈ ਪਾਰਬ੍ਰਹਮ, ਇੱਕ ਰੂਪ ਹੈ ਗੁਰੂ, ਤੇ ਤੀਜਾ ਰੂਪ ਪਰਮੇਸ਼ਰ ਦਾ ਸਾਧ ਸੰਗਤ ਹੈ। ਗੁਰੂ ਹਰਿ ਸਾਹਿਬ ਇਹਨੂੰ ਛੋਟੀ ਗੱਲ ਨਾ ਸਮਝੋ, ਅੱਜ ਕੋਈ ਨਾ ਉੱਠੇ, ਕੁਦਰਤੀ ਗੱਲ ਸੰਗਤ ਦੀ ਛਿੜੀ ਹੋਈ। ਕੋਈ ਕਰਨ ਨਸੀਬਾਂ ਵਾਲੇ ਸਤਸੰਗ ਤੋਂ ਘੜੀ, ਕੋਈ ਕਰਨ ਨਸੀਬਾਂ ਵਾਲੇ ਸਤਸੰਗ ਤੋਂ ਘੜੀ, ਬੋਲੋ, ਕੋਈ ਕੋਈ ਕਰਨ ਸੀਮਾ ਵਾਲੇ
ਪਹਿਲਾ ਜਵਾਬ ਇਹ ਦਿੱਤਾ ਉਹ ਸੱਤ ਅੱਠ ਖੜੇ ਹੈ ਮਹਾਰਾਜ ਸੰਗਤ ਦੀ ਮਹਿਮਾ ਸੱਸ ਮਹਾਰਾਜ ਕਹਿੰਦੇ ਪਰਮੇਸ਼ਰ ਦੇ ਤਿੰਨ ਰੂਪ ਨੇ ਪਾਰ ਬ੍ਰਹਮ ਦੂਜਾ ਗੁਰੂ ਤੀਜਾ ਸਾਧ ਸੰਗਤ ਵਿੱਚ ਸੰਗਤ ਹਰ ਪ੍ਰਭ ਜਿਹੜਾ ਸੁਣਿਓ ਪਿਆਰ ਨਾਲ ਉਹ ਸਾਰਿਆਂ ਦੇ ਹੱਥ ਜੋੜ ਗਏ ਕਿ ਉਹ ਗੱਲ ਵੱਜੀ ਬੜੀ ਕਿੱਡੀ ਮਹਿਮਾ ਉਹਨਾਂ ਨੇ ਕਿਹਾ ਵੀ ਮਹਾਰਾਜ ਕੋਈ ਹੋਰ ਸੰਗਤ ਦੀ ਮਹਿਮਾ ਸੁਣਿਓ ਮੈਂ ਆਪ ਦੰਗ ਰਹਿ ਗਿਆ ਕਿਉਂਕਿ ਇਹ ਅਸਲੀ ਖਜ਼ਾਨਾ ਜੇ ਕੀਰਤਪੁਰ ਗਏ ਤੇ ਪੁੱਛਾਂਗੇ ਉੱਥੇ ਪੋਥੀ ਦਾ ਮੈਂ ਪ੍ਰਿੰਸੀਪਲ ਸੁਖਬੀਰ ਸਿੰਘ ਨੇ ਕਿਤਾਬਾਂ 'ਚ ਪੜ੍ਹਿਆ 492 ਤੋਂ 569 ਤੱਕ ਉਹ ਪੋਥੀ ਇਹ ਬੀਬੀ ਰੂਪ ਕੌਰ ਦੇ ਬੱਚਨ ਜਿਹੜੇ ਉਹਨੇ ਅੱਖੀ ਉਹ ਲਿਖੇ ਹੈ ਭਲੇ ਹਾਰ ਜਾਈਏ ਬੀਬੀ ਤੋਂ ਸੰਭਾਲੇ ਜਿਹੜੇ ਆਖੋ ਸਤਨਾਮ ਉਹਨਾਂ ਨੇ ਕਿਹਾ ਮਹਾਰਾਜ ਕੋ ਹੋਰ ਅਤੇ ਗੁਰੂ ਹਰਿ ਸਾਹਿਬ ਕਹਿੰਦੇ ਸੰਗਤ ਦੀ ਇੰਨੀ ਮਾਨਤਾ ਹੈ ਜੇ ਪਰਮੇਸ਼ਰ ਵਿੱਚ ਚਿੱਤ ਨਾ ਲੱਗੇ ਸੁਣਿਓ ਪਰਮੇਸ਼ਰ ਦੇ ਚਿੱਤ ਨਾ ਲੱਗੇ ਤੇ ਗੁਰੂ ਦੇ ਚਰਨਾਂ 'ਚ ਚਿੱਤ ਜੋੜੇ ਜੇ ਗੁਰੂ ਦੇ ਚਰਨਾਂ 'ਚ ਵੀ ਚਿੱਤ ਨਾ ਲੱਗੇ ਤੇ ਆਪਣੇ ਆਪ ਨੂੰ ਸਾਧ ਸੰਗਤ ਵਿੱਚ ਲੈ ਆਵੇ ਜੇ ਸੰਗਤ 'ਚ ਆ ਕੇ ਵੀ ਚਿੱਤ ਨਾ ਲੱਗੇ ਤੇ ਅੱਗੇ ਕੋਈ ਜਗ੍ਹਾ ਹੀ ਨਹੀਂ ਬੋਲੇ ਸੋ ਬ੍ਰਹਮ ਚ ਚਿੱਤ ਨਾ ਲੱਗੇ ਗੁਰੂ ਚਰਨਾਂ ਚ ਜੁੜੇ ਗੁਰੂ ਚਰਨਾਂ ਚ ਵੀ ਚਿੱਤ ਨਾ ਜੁੜੇ ਸੰਗਤ ਚ ਆ ਕੇ ਜੋੜੇ ਜੇ ਸੰਗਤ ਚ ਆ ਕੇ ਵੀ ਮਨ ਨਾ ਲੱਗੇ ਤੇ ਮਹਾਰਾਜ ਕਹਿੰਦੇ ਫਿਰ ਮਨ ਲੱਗਣ ਵਾਲੀ ਹੋਰ ਕੋਈ ਕਿਧਰੇ ਜਗ੍ਹਾ ਹੀ ਨਹੀਂ ਕਹਿ ਦਿਓ ਗੱਜ ਕੇ ਸਤਨਾਮ ਕੋਈ ਕਰਨ ਨਸੀਬਾ ਤੀਜਾ ਬਚਨ ਉਹ ਸੱਤ ਅੱਠ ਪ੍ਰੇਮੀ ਖੜੇ ਆ ਮਹਾਰਾਜ ਹੋਰ ਸੰਗਤ ਦੀ ਮਹਿਮਾ ਸਾਨੂੰ ਬੜਾ ਵੱਡਾ ਖਜ਼ਾਨਾ ਮਿਲ ਰਿਹਾ ਤੇ ਗੁਰੂ ਹਰਿ ਸਾਹਿਬ ਜੀ ਨੇ ਬੜੀ ਵੱਡੀ ਗੱਲ ਕਹੀ ਮਹਾਰਾਜ ਗੁਰੂ ਹਰਿ ਸਾਹਿਬ ਉਹਨਾਂ ਨੂੰ ਕਹਿ ਰਹੇ ਤੇ ਬੀਬੀ ਰੂਪ ਕੌਰ ਲਿਖ ਰਹੀ ਹੈ ਤੀਜੀ ਗੱਲ ਕੀ ਕਹੀ ਕੋਈ ਸਹੀ ਕਾਰਜ ਅੜ ਜਾਵੇ ਆਖੋ ਸਾਧਨਾ ਲਾਲਚ ਨਾ ਹੋਵੇ ਜਾਇਜ਼ ਕੰਮ ਹੋਵੇ ਤੇ ਅੜ ਜਾਵੇ ਅੜ ਜੇ ਕੋਈ ਸਹੀ ਕੰਮ ਹੋਵੇ ਤੇ ਅੜ ਜਾਏ ਤੇ ਜੇ ਸੰਗਤ ਦਿਲੋਂ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕਰੇ ਤੇ ਪਰਮੇਸ਼ਰ ਨੂੰ ਸੰਗਤ ਦੇ ਕਹੇ ਤੇ ਕਾਰਜ ਸਿੱਧ ਕਰਨਾ ਪੈਂਦਾ ਹੈ ਸਤ ਸ੍ਰੀ ਅਕਾਲ ਕੋਈ ਕਰਨ ਨਸੀਬਾ ਵਾਲੇ ਸਤ ਸੰਗ ਤੋਂ ਕਣੀਆਂ ਕੋਈ ਕਰਨ ਨਸੀਬਾ ਵਾਲੇ ਸਤ ਸੰਗ ਤੋਂ ਕਣੀਆਂ ਚੌਥਾ ਬਚਨ ਉਹ ਸੱਤ ਅੱਠ ਖੜੇ ਹੈ ਮਹਾਰਾਜ ਸੰਗਤ ਦੀ ਮਹਿਮਾ ਹੋਰ ਦੱਸੋ ਬੀਬੀ ਰੂਪ ਕੌਰ ਲਿਖ ਰਹੀ ਗੁਰੂ ਹਰਿ ਸਾਹਿਬ ਨੇ ਚੌਥਾ ਬਚਨ ਕੀਤਾ ਸੁਣਿਓ ਇਹ ਕੰਮ ਆਉਣ ਵਾਲੇ ਜੇ ਮਹਾਰਾਜ ਨੇ ਕਿਹਾ ਜੇ ਕਿਤੇ ਪਰਮੇਸ਼ਰ ਵੱਲੋਂ ਤਾੜਨਾ ਹੋ ਜੇ ਗੁਰੂ ਬਚਾਵੇ ਆਖੋ ਸਾਧਨ ਪਰਮੇਸ਼ਰ ਵੱਲੋਂ ਤਾੜਨਾ ਹੋ ਜੇ ਤੇ ਗੁਰੂ ਬਚਾਵੇ
ਤੇ ਸੰਗਤ ਬਚਾਵੇ, ਕਹਿ ਦਿਓ ਗੱਜ ਕੇ ਸਤਿਨਾਮ। ਪਰਮੇਸ਼ਰ ਵੱਲੋਂ ਤਾੜਨਾ ਹੋ ਜਾਏ ਤੇ ਗੁਰੂ ਬਚਾਵੇ, ਗੁਰੂ ਰੁੱਠ ਜੇ ਤੇ ਸੰਗਤ ਨੂੰ ਬਣਾਵੇ, ਤੇ ਜੇ ਕੋਈ ਬੰਦਾ ਸੰਗਤ ਦਾ ਮਾਰਿਆ ਸੰਗਤ ਦੀ ਨਰਾਦਰੀ ਕਰਦਾ ਤੇ ਅਗਲੇ ਲਫ਼ਜ਼ ਲਿਖੇ ਤਾਂ ਕਿਥਾਂ ਥਾਂ ਨਾਈ, ਉਹਨੂੰ ਕਿਧਰੇ ਦੁਨੀਆਂ 'ਚ ਥਾਂ ਹੀ ਨਹੀਂ ਮਿਲ ਸਕਦੀ। ਔਰ ਉੱਥੇ ਆ ਕੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਸੱਤੇ ਬਲਵੰਡੇ ਦੀ ਦਲੀਲ ਦਿੱਤੀ, ਸੱਤੇ ਬਲਵੰਡੇ ਜੀ ਕਿ ਰੱਬ ਵੀ ਨਾਰਾਜ਼ ਹੋ ਗਿਆ, ਗੁਰੂ ਵੀ, ਗੁਰੂ ਨਾਰਾਜ਼ ਨਹੀਂ ਪਰ ਉਹਨਾਂ ਗੱਲ ਇਹੋ ਜਿਹੀ ਕਰਤੀ, ਅਸੀਂ ਰਬਾਬੀ ਨਾ ਹੁੰਦੇ ਤੇ ਗੁਰੂ ਨਾਨਕ ਨੂੰ ਕਿਸੇ ਪੁੱਛਣਾ ਨਹੀਂ। ਜੋ ਕੁਝ ਹਲਕੇ ਲਫ਼ਜ਼ ਬੋਲੇ ਗਏ ਤੇ ਪਿਤਾ ਜੀ ਨੇ ਕਿਹਾ ਉਹ ਕੌੜੀ ਉਹ ਮੂੰਹ ਕੋਈ ਮੂੰਹ ਨਹੀਂ ਲਾਏਗਾ, ਆਖੋ ਸਤਨਾਮ। ਹੁਣ ਇਹਨੂੰ ਕੀ ਕਹੋਗੇ, ਪਰਮੇਸ਼ਰ ਵੀ ਰੁੱਠ ਗਿਆ ਤੇ ਗੁਰੂ ਵੀ ਰੁੱਠ ਗਿਆ, ਸਾਰੀ ਸੰਗਤ ਦੱਸੋ ਕਿੰਨੇ ਬਚਾਇਆ, ਉਹ ਕਿੰਨੇ ਬਚਾਇਆ, ਆ ਭਾਈ ਲੱਦਾ ਪਰਉਪਕਾਰੀ ਸੰਗਤ ਨੇ ਬਚਾਇਆ ਕਿ ਜਕਾਰਾ ਦਿਓ ਪਿਆਰ ਦੇ ਸੰਗਤ ਦਾ ਕਿਉਂ ਨਹੀਂ ਮੋੜਦਾ, ਸਤਿ ਸ੍ਰੀ ਅਕਾਲ, ਸੰਗਤ ਦਾ ਕਿਉਂ ਨਹੀਂ ਮੋੜਦਾ। ਸਤਸੰਗ ਤੋਂ ਕਰਿਆ ਕੋਈ ਕਰਨ ਨਸੀਬ ਵਾਲੇ, ਸਤਸੰਗ ਤੋਂ ਕਰਿਆ ਬੋਲੋ ਕੋਈ, ਚਾਰ ਹੋ ਗਏ ਜੀ ਬਜਟ। ਉਹ ਸੱਤੇ ਅੱਠੇ ਕਹਿੰਦੇ ਮਹਾਰਾਜ ਸੰਗਤ ਦੀ ਮਹਿਮਾ ਹੋਰ, ਤੇ ਪੰਜਵਾਂ ਬਚਨ ਗੁਰੂ ਹਰਿ ਸਾਹਿਬ ਨੇ ਕੀਤਾ, ਕਹਿੰਦੇ ਸੰਗਤ ਵਿੱਚ ਆਉਣ ਨਾਲ ਸੁੱਤਾ ਮਨ ਜਾਗ ਪੈਂਦਾ, ਉਹ ਬੱਚੀ ਲਿਖ ਰਹੀ ਪਈ ਹੈ ਰੂਪ। ਸੰਗਤ 'ਚ ਆ ਕੇ ਸੁੱਤਾ ਮਨ ਜਾਗ ਪੈਂਦਾ, ਉਹ ਰੂਪ ਕੌਰ ਬੱਚੀ ਨੇ ਲਿਖਿਆ ਲਿਟਲ ਭਾਜੀ, ਸੰਗਤ ਨੇ ਕੁਐਸਚਨ ਚੇਂਜ ਕਰਤਾ, ਪੰਜ ਜਵਾਬ ਦੇਤੇ ਸੰਗਤ ਦੀ ਮਹਿਮਾ, ਸੰਗਤ ਜਾ ਕੇ ਸੁੱਤਾ ਮਨ ਜਾਗ ਪੈਂਦਾ। ਹੁਣ ਸੰਗਤ ਨੇ ਅੱਗੋਂ ਕਹਿਤਾ ਗੁਰੂ ਹਰਿ ਸਾਹਿਬ ਜੀ ਮਨ ਜਾਗੇ ਦੀ ਨਿਸ਼ਾਨੀ ਕੀ ਹੈ, ਕਹਿ ਦਿਓ ਗੱਜ ਕੇ ਸਾਥ ਨੂੰ। ਆ ਸੁਣ ਲਓ, ਉੱਥੇ ਆਉਣਾ ਜੇ 550 ਸਾਲ ਗੁਰੂ ਨਾਨਕ ਜੀ ਦੀ ਬਾਣੀ, ਸੰਗਤ ਨੇ ਕੁਐਸਚਨ ਚੇਂਜ ਕਰਤਾ ਮਹਾਰਾਜ ਮਨ ਜਾਗੇ ਦੀ ਨਿਸ਼ਾਨੀ ਕੀ, ਕਿਵੇਂ ਪਤਾ ਲੱਗੇ ਇਹ ਜਾਗਿਆ ਕਿ ਨਹੀਂ। ਇਹ ਬੀਬੀ ਰੂਪ ਕੌਰ ਗੁਰੂ ਹਰਿ ਸਾਹਿਬ ਤੇ ਸੰਗਤ ਦੀ ਜਿਹੜੀ ਵਾਰਤਾ ਨੂੰ ਕਵੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਵੀ ਦਰਜ ਕੀਤਾ ਕਿ ਜਦੋਂ ਉਹਨਾਂ ਨੇ ਕਿਹਾ ਨਾ ਮਨ ਜਾਗੇ ਦੀ ਨਿਸ਼ਾਨੀ, ਤੇ ਗੁਰੂ ਹਰਿ ਸਾਹਿਬ ਦਾ ਹੀ ਕਹਿੰਦੇ ਮਨ ਜਾਗੇ ਕੀ ਇਹੀ ਨਿਸ਼ਾਨੀ, ਮਨ ਜਾਗੇ ਕੀ ਇਹੀ ਨਿਸ਼ਾਨੀ, ਬੋਲੋ ਮਨ ਜਾ। ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀਆਂ ਪੰਕਤੀਆਂ ਨੇ, ਧਾਰਨਾ ਨਹੀਂ। ਮਨ ਜਾਗੇ ਕੀ ਇਹੀ ਨਿਸ਼ਾਨੀ, ਮਨ ਜਾਗੇ ਦੀ ਇਹੀ ਨਿਸ਼ਾਨੀ, ਮਨ ਮਨ ਜਾਗੇ ਕੀ। ਇਹ ਗੁਰੂ ਹਰਿ ਸਾਹਿਬ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਇਹੀ ਨਿਸ਼ਾਨੀ ਮਾਰੇ ਮਨ ਜਾਗੇ ਦੀ ਨਿਸ਼ਾਨੀ, ਮਨ ਜਾਗੇ ਕੀ ਇਹੀ ਨਿਸ਼ਾਨੀ, ਪ੍ਰਿਆ ਲਾਗੇ ਪ੍ਰਿਆ ਲਾਗੇ ਪ੍ਰਿਆ ਲਾਗੇ ਔਰ ਸਤਿਗੁਰ ਬਾਣੀ ਔਰ ਹਿਰਦਾ, ਕਹਿੰਦੇ ਜਿਹਦਾ ਮਨ ਜਾਗਦੇ ਆਹ ਨਿਸ਼ਾਨੀ ਹੈ ਇਹ ਗੁਰਬਾਣੀ, ਉਹਨੂੰ ਮਿੱਠੀ ਲੱਗਣ ਲੱਗ ਪੈਂਦੀ ਬੋਲੇ।
ਸੋ ਨਿਹਾਲ ਪਿਆਰੀ ਪਿਆਰੀ ਪ੍ਰੇ ਲਾਗੇ ਔਰ ਹਿਰਦਾ ਸਤਿਗੁਰ ਬਾਣੀ ਆ ਕਈ ਕਹਿੰਦੇ ਕਿਉਂ ਪੜੀ ਕਹਿੰਦੇ ਜਿਹਦਾ ਮਨ ਜਾਗ ਪਏ ਉਹ ਰਹਿੰਦਾ ਹੀ ਨਹੀਂ ਕਹਿੰਦੇ ਉਹ ਗੱਜ ਕੇ ਸਤਨਾਮ ਪੰਜ ਸੌ ਪੰਜਾਹ ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਪੰਜ ਸੌ ਪੰਜਾਹ ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਪੰਜ ਸੌ ਪੰਜ ਸੌ ਸੰਗਤ ਹੁਣ ਟਿੱਗੀ ਹੈ ਕੱਲ ਪੌਣੇ ਦੋ ਵਜੇ ਸਭ ਨੇ ਪਹੁੰਚਣਾ ਛੇ ਸਵਾ ਛੇ ਸਮਾਪਤੀ ਜਿਹੜਾ ਪਰਸੋਂ ਦਾ ਪ੍ਰੋਗਰਾਮ ਉਹ ਛੇ ਵਜੇ ਆਰੰਭ ਹੋਏਗਾ ਰਾਤੀ ਬਾਰਾਂ ਇੱਕ ਵਜੇ ਦਾ ਐਤਵਾਰ ਨਾ ਭੁੱਲ ਜਾਇਓ ਐਤਵਾਰ ਚੁਪਹਿਰਾ ਪਊਵਿੰਡ ਸਾਹਿਬ ਨਾਲ ਅੰਮ੍ਰਿਤ ਸੰਚਾਰ ਹੈ ਸਾਰੀ ਸੰਗਤ ਹਾਜ਼ਰੀ ਭਰਿਓ ਇੱਕ ਇੱਥੇ ਮੈਂ ਕਰ ਦੇਣਾ ਤੁਹਾਡਾ ਟਾਈਮ ਬਾਜੇ ਆ 13 ਨੰਬਰ ਪੈਨ ਡਰਾਈਵ ਬਾਰ ਨਵੀਂ ਇਹਦੇ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਭਰਿਆ ਹੋਇਆ ਜੀ ਇੱਕ ਪੈਨ ਡਰਾਈਵ 'ਚ ਸਾਰਾ ਸਹਿਜ ਪਾਠ ਇਹ ਬਾਹਰ ਸਟਾਲ 'ਤੇ ਲੱਗੀ ਹੈ ਕੋਈ ਲਾਭ ਲੈਣਾ ਚਾਹੇ ਲੈ ਸਕਦਾ ਉਹ ਕਿੱਥੇ ਆ ਚਿੱਪ ਇੱਕ 3 ਅਪ੍ਰੈਲ ਸੰਗਤ ਯਾਦ ਰੱਖੇ ਸਾਡੇ ਗੁਰਦੀਪ ਸਿੰਘ ਦੋਧੀ ਅੰਮ੍ਰਿਤਪਾਲ ਸਿੰਘ ਗੁਰਮੁਖ ਸਿੰਘ ਡੇਰੀ ਵਾਲੇ ਉਹਨਾਂ ਦੇ ਗ੍ਰਹਿ 'ਚ ਲੜੀ ਹੈ ਜੀ 3 ਅਪ੍ਰੈਲ ਬੁੱਧਵਾਰ ਦੁਪਹਿਰੀ 2 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਉੱਥੇ ਵੀ ਬੱਚਿਆਂ ਦੇ ਬਹੁਤ ਪ੍ਰੋਗਰਾਮ ਉਹਨਾਂ ਨੇ 1 ਘੰਟੇ ਦੇ ਰੱਖੇ ਨੇ ਨਾਲ ਸਾਰੀ ਸੰਗਤ ਦਰਸ਼ਨ ਇਹ 550 ਸਾਲ ਨੂੰ ਸਮਰਪਿਤ ਸਾਰਾ ਦਿਨ ਤੁਹਾਡੇ ਘਰ ਜਾਪ ਚੱਲਦਾ ਰਹੇ 4 ਵਾਰੀ ਵਾਹਿਗੁਰੂ 2 ਵਾਰੀ ਧੰਨ ਗੁਰੂ ਨਾਨਕ ਦੇਵ ਇਹ ਵੀ ਬਾਹਰ ਸਟਾਲ 'ਤੇ ਲੱਗੀ ਹੈ ਸੰਗਤਾਂ ਲਾਭ ਲੈਣ ਅਤੇ ਸਹਿਜ ਪਾਠ 1 ਪੈਨ ਡਰਾਈਵ ਦੇ ਵਿੱਚ ਸਾਰਾ ਹੀ ਇਹ ਆਪ ਜੀ ਬਾਹਰੋਂ ਸਾਰਾ ਲਾਭ ਲੈ ਸਕਦੇ 3 ਅਪ੍ਰੈਲ ਦੀ ਲੜੀ ਜੇ ਅਤੇ ਅੱਜ ਦੇ ਪ੍ਰੋਗਰਾਮ ਜਿਹੜੇ ਨੇ ਜਿੱਥੇ ਇਸ ਬੱਚੇ ਵੱਲੋਂ 5ਵੀਂ ਰੈਨ ਸਵਾਈ ਉਹਦੇ ਸੰਬੰਧ 'ਚ ਲੜੀ ਜਿੱਥੇ 550 ਸਾਲ ਦੀ ਜਿਹੜੀ ਅਰਦਾਸ 30 ਤਰੀਕ ਹੋਣੀ ਹੈ ਆਪ ਜੀ ਨੇ 30 ਤਰੀਕ ਦਿਨੇ ਨੰਬਰਾਂ 'ਤੇ ਗਿਣਤੀ ਲਿਖਾਉਣੀ ਹੈ ਉੱਥੇ ਅੱਜ ਦੇ ਪ੍ਰੋਗਰਾਮ ਦੀ ਸੇਵਾ ਪੁਤਲੀ ਘਰ ਤੋਂ ਪ੍ਰਿਤਪਾਲ ਸਿੰਘ ਅਤੇ ਪ੍ਰਿਤਪਾਲ ਕੌਰ ਇਹਨਾਂ ਦੀ ਬੱਚੀ ਦਾ ਆਨੰਦ ਕਾਰਜ ਹੋਇਆ ਜੀ ਆਪਣਾ ਲਵਜੀਤ ਸਿੰਘ ਹਾਂ ਲਵਜੀਤ ਸਿੰਘ ਜੀ ਹਸਨਪ੍ਰੀਤ ਸਿੰਘ ਦਾ ਪਰਿਵਾਰ ਅਤੇ ਅੱਜ ਇਹ ਸ਼ੁਕਰਾਨੇ ਵਜੋਂ ਸਾਧ ਸੰਗਤ ਜੀ ਇਹ ਅੱਜ ਦੇ ਪ੍ਰੋਗਰਾਮ ਦੀ ਸੇਵਾ ਇਹਨਾਂ ਨੇ ਝੋਲੀ 'ਚ ਪਵਾਈ ਹੈ ਹੁਣੇ ਗੋਗਾ ਵੀਰ ਜੀ ਇਹਨਾਂ ਨੂੰ ਸਾਰਾ ਸਤਿਕਾਰ ਦੇਣਗੇ ਇਹ ਪਰਿਵਾਰ ਵੱਲੋਂ ਪ੍ਰਿਤਪਾਲ ਸਿੰਘ ਪ੍ਰਿਤਪਾਲ ਕੌਰ ਪੁਤਲੀ ਘਰ ਵੱਲੋਂ ਇਹ ਸਾਰੀ ਪੱਟੀ ਵੀ ਚੰਦੋਆ ਵੀ ਅਤੇ ਰੁਮਾਲਿਆਂ ਦਾ ਸੈੱਟ ਵੀ ਅੱਜ ਹਾਜ਼ਰੀ ਲਾਈ ਗਈ ਹੈ ਇੱਕ ਥੱਲੇ ਜਿਹੜਾ ਸਾਡਾ ਮੈਨੇਜਰ ਹੈ ਹਰਜੀਤ ਸਿੰਘ ਇਹਨੂੰ ਵਾਹਿਗੁਰੂ ਨੇ ਪੁੱਤਰ ਦੀ ਦਾਤ ਦਿੱਤੀ ਹੈ ਬ੍ਰਹਮਨੂਰ ਸਿੰਘ ਨਾਂ ਰੱਖਿਆ ਉਹ ਵੀ ਬੱਚੇ ਨੂੰ ਪਹਿਲੀ ਵਾਰੀ ਲੈ ਕੇ ਆਏ ਨੇ ਗੋਗਾ ਵੀਰ ਜੀ ਉਹਨਾਂ ਨੂੰ ਵੀ ਨੇੜੇ ਕਰ ਲੈਣ ਜਿਹੜੇ ਪਰਿਵਾਰ ਵੱਲੋਂ ਸਮਾਗਮ ਹੈ ਉਹਨਾਂ ਨੂੰ ਵੀ ਨੇੜੇ ਕਰ ਲੈਣ ਤਾਂ ਕਿ ਸਮਾਪਤੀ ਅਤੇ ਸਤਿਕਾਰ ਇੱਕ ਪੰਮਾ ਭੈਣ ਜੀ ਦੀ ਕੀਰਤਨ ਦੀ ਸੇਵਾ ਆਈ ਹੈ 1,64,000 ਉਸ ਬੱਚੀ ਦਾ ਇੱਕ ਜਕਾਰਾ ਦੇ ਦਿਓ ਜੀ ਪਿਆਰ ਦੇ ਨਾਲ ਹੁਣ ਅਗਲੇ ਵੀਰਵਾਰ ਇੱਥੋਂ ਹੀ ਚੱਲਾਂਗੇ ਉਹ ਸੰਗਤ ਦੀ ਕੁਐਸਚਨ ਚੇਂਜ ਹੋ ਗਿਆ ਕਿ ਮਹਾਰਾਜ ਮਨ ਜਾਗੇ ਦੀ ਨਿਸ਼ਾਨੀ ਕੀ ਹੈ ਅਤੇ ਗੁਰੂ ਹਰਿ ਸਾਹਿਬ ਕਹਿੰਦੇ ਮਨ ਜਾਗੇ ਕੀ ਇਹੀ ਨਿਸ਼ਾਨੀ ਪ੍ਰੇ ਲਾਗੇ ਇਹ ਪਿਆਰੀ ਲੱਗਣ ਲੱਗ ਪੈਂਦੀ ਬਾਣੀ ਬੰਦਾ ਇਹ ਨਹੀਂ ਕਹਿੰਦਾ ਕਿਉਂ ਕਰਾਂ ਕੀ ਲੋੜ ਹੈ ਪ੍ਰੇ ਲਾਗੇ ਔਰ ਸਤਿਗੁਰ ਬਾਣੀ ਔਰ ਹਿਰਦੇ ਵਿੱਚ ਮੂਲ ਮੰਤਰ ਪਿਆਰਾ ਲੱਗਣ ਲੱਗ ਪੈਂਦਾ ਗੁਰਮੰਤਰ ਪਿਆਰਾ ਲੱਗਣ ਲੱਗ ਪੈਂਦਾ ਜਪਜੀ ਸਾਹਿਬ ਪਿਆਰੀ ਲੱਗਣ ਲੱਗ ਪੈਂਦੀ ਹੈ ਪੜ੍ਹਿਓ ਪਿਆਰ ਨਾਲ ਜੀ
ਬਾਣੀ ਤੇ ਪ੍ਰਮਾਣ ਦੇ ਦਿਓ ਉਹ ਜੀ 550 ਗੁਰੂ ਨਾਨਕ ਜੀ ਦੀ ਬਾਣੀ ਨਾਲ 550 ਗੁਰੂ ਨਾਨਕ ਜੀ ਦੀ ਬਾਣੀ ਨਾਲ 500 ਨੇ ਤੁਹਾਡੇ ਗਾਵੋ ਜੀਤ ਲੈ ਉਹ ਮਹਾਂ ਬਿਖਾਦੀ ਕਿਵੇਂ ਜਿੱਤੇ ਸਹਿਜ ਸੁਹੇਲੀ ਬਾਣੀ ਬਾਣੀ 550 ਗੁਰੂ ਨਾਨਕ ਜੀ ਦੀ ਬਾਣੀ 550 ਗੁਰੂ ਨਾਨਕ ਜੀ ਦੀ ਬਾਣੀ 500 ਲੈਤੀ ਉੱਠ ਗਾਵੋ ਲੈਤੀ ਉੱਠ ਗਾਵੋ ਰੱਬ ਕੀ ਬਾਣੀ ਇਹ ਛੋਟਾ ਸ਼ੇਰ ਹੈ ਛੋਟਾ ਸ਼ੇਰ ਸ਼ੇਰ ਹੈ ਆ ਥੋੜਾ ਮੀਡੀਅਮ ਹੈ ਵੱਡੇ ਸ਼ੇਰ ਬਾਹਰ ਗਏ ਅਸੀਸ ਦੇ ਦੇਣਾ ਉਹਨਾਂ ਨੂੰ ਵੀ ਹੱਕ ਸਾਹਿਬ ਉਹ ਵੀ ਡਿਊਟੀ ਸੰਗਤ ਹੀ ਨਿਭਾਉਣ ਗਏ ਨੇ ਲਾਲਾ ਜੀ ਉਸਤਾਦ ਜੀ ਹੋਰ ਆ ਵੀ ਵੱਡਿਆ ਜੀ ਨਿੱਤ ਉੱਠ ਗਾਵੋ ਆਇਓ ਪੜਨ ਸੁਣਨ ਕੋ ਬਾਣੀ ਆਇਓ ਪੜਨ ਸੁਣਨ ਕੋ ਬਾਣੀ ਨਾਮ ਵਿਸਾਰ ਲੱਗਿਆ ਨ ਲਾਲਚ ਗੁਰੂ ਨਾਨਕ ਜੀ ਦੀ ਬਾਣੀ ਨਾਲ 550 ਗੁਰੂ ਨਾਨਕ ਜੀ ਦੀ ਬਾਣੀ ਨਾਲ ਗਾਵੋ ਪ੍ਰਭ ਕੀ ਬਾਣੀ 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 550 ਗੁਰੂ ਨਾਨਕ ਜੀ ਦੀ ਬਾਣੀ ਨਾਲ ਗੁਰੂ ਨਾਨਕ ਜੀ ਦੀ ਬਾਣੀ ਭੈਣਾ
ਬਾਣੀ ਪੜਨ ਤੋਂ ਟੋਕਦੇ ਹੈ, ਗਿਣਤੀ ਤੋਂ ਟੋਕਦੇ ਹੈ, ਗੁਰੂ ਹਰ ਰਾਏ ਸਾਹਿਬ ਕਹਿੰਦੇ ਉਹਨਾਂ ਦੇ ਅੰਦਰ ਪ੍ਰੇਮ ਨਹੀਂ ਆਇਆ, ਉਹਨਾਂ ਦਾ ਮਨ ਨਹੀਂ ਜਾਗਿਆ। ਮਨ ਜਾਗੇਗੀ, ਇਹ ਕੋਈ ਧਾਰਨਾ ਨਹੀਂ ਹੈਗੀ। ਇਹ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਉਹ ਸਮਾਂ ਲਿਖਿਆ, ਮਨ ਜਾਗੇ ਕੀ ਇਹੀ ਨਿਸ਼ਾਨੀ, ਪ੍ਰੇ ਲਾਗੇ, ਪ੍ਰੇ ਪਿਆਰੀ ਲੱਗਣ ਲੱਗ ਪੈਂਦੀ, ਔਰ ਸਤਿਗੁਰ ਬਾਣੀ, ਇਹ ਬਾਣੀ ਔਰ ਹਿਰਦੇ ਵਿੱਚ ਪਿਆਰੀ ਲੱਗਣ ਲੱਗ ਪੈਂਦੀ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਮਿਹਰ ਕਰਨ, ਅਰਦਾਸ ਕਰਿਓ। ਉਹ ਬੱਚੀ ਕੁਲਵੰਤ ਕੌਰ, ਉਹ ਗੁਰੂ ਗੋਬਿੰਦ ਸਿੰਘ ਦੇ ਹੱਥ ਨੇ ਕੀ ਕੀਤਾ, ਨਜ਼ਰ ਨੇ ਕੀ ਕੀਤਾ, ਪਹਿਲਾ ਗੁਣ ਭਰਤਾ, ਤੜਕੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਦੀ ਹੈ, ਅਤੇ ਸਾਰਾ ਦਿਨ ਬਾਣੀ ਦੀ ਪੰਕਤੀ ਜਾਂ ਵਾਹਿਗੁਰੂ ਜਾਪ ਮੁੱਖ ਵਿੱਚ ਚੱਲਦਾ ਰਹਿੰਦਾ। ਇੱਥੋਂ ਹੀ ਅਗਲੇ ਵੀਰਵਾਰ ਮਹਾਰਾਜ ਸੇਵਾ ਲੈਣ ਆਓ, ਪੜਿਓ ਪਿਆਰ ਨਾਲ। ਹੋਏ ਹੋਏ ਰਾਮ ਜਪੋ, ਰਾਮ ਜਪੋ। ਨਾਮ ਜਪੋ ਜੀ ਐਸੇ ਐਸੇ ਨਾਮ ਜਪੋ, ਰਾਮ ਜਪੋ, ਨਾਮ ਜਪੋ ਜੀ ਐਸੇ ਐਸੇ ਨਾਮ ਜਪੋ, ਰਾਮ ਜਪੋ, ਰਾਮ ਜਪੋ ਜੀ ਐਸੇ ਐਸੇ ਸਾਲਾਂ ਦਾ ਇੱਕ ਇੱਕ ਜਕਾਰਾ ਪੰਜ ਪੂਰੇ ਕਰਦੀ ਹੈ। ਜਕਾਰਾ ਸੰਗਤ ਬੁਲਾਓ ਜੀ, ਸਾਰੀ ਸੰਗਤ। ਹਾਂ ਸ੍ਰੀ ਅਕਾਲ ਹੁਣ ਵੀਰ ਜੀ, ਇੱਕ ਤੇ ਜਿਹੜੇ ਪ੍ਰੋਗਰਾਮ ਨੇ ਅੱਜ ਸੇਵਾ ਪੁਆਈ ਝੋਲੀ ਚ, ਉਹਨਾਂ ਦਾ ਸਾਰੇ ਪਰਿਵਾਰ ਦਾ ਸਤਿਕਾਰ ਕਰਨਗੇ।